Era assist pe termina de la Cota care era. Crederea noastră se prezenta clar să ta ce plăti. Et la King Hall, media, ora anului de care ਕਿ ਹਾਰ ਉਹਨਾਂ ਦੀ ਹੋ ਚੁੱਕੀ ਹੈ ਉਹ ਤੇ ਤੁਹਾਡੇ ਸਾਹਮਣੇ ਆ ਕਿ ਜਿੰਨੀ ਵਾਰ ਵੀ ਸਾਡੀਆਂ ਸਰਕਾਰਾਂ ਦੇ ਨਾਲ ਮੀਟਿੰਗਾਂ ਹੋਈਆਂ ਨੇ ਉਹਨਾਂ ਸਾਰੀਆਂ ਮੀਟਿੰਗਾਂ ਦੇ ਵਿੱਚ ਇਹ ਗੱਲ ਮੰਨ ਕੇ ਤੇ
ਸ਼ਾਦੀ ਹੈ ਅਤੇ ਮੈਂ ਉਹਦੀ ਸਮਾਨ ਲਿਆ ਹੈ। ਮੈਂ ਉੱਥੇ ਥਾਵਾਂ ਗਾ ਕੇ ਮੈਂ ਚਾਹੁੰਦਾ ਕਿ ਮੇਰੇ ਤੋਂ 7 ਵਰ੍ਹੇ ਤੋਂ ਪਹਿਲਾਂ ਜਿਹੜਾ ਭਗਤ ਸਿੰਘ ਪੇਸ਼ ਹੋਣਾ ਬਹੁਤ ਔਖਾ ਹੈ ਅਤੇ ਮੈਂ ਅੱਜ ਉਹਨਾਂ ਨੂੰ ਇੱਕ ਜਿਹੜੀ ਆ ਚਿੱਠੀ ਜਿਹੜੀ ਆ ਆਪਣੇ ਵਕੀਲ ਦੇ ਰਾਹੀਂ ਜਿਹੜਾ ਉਹ ਭੇਜਿਆ ਉਹਨਾਂ ਤੱਕ ਅਤੇ ਮੈਂ ਇਸ ਕਿਸੇ ਦੇ ਕੰਮ ਪੇਸ਼ ਨਹੀਂ ਹੋ ਸਕਦਾ ਔਰ 7 ਵਰ੍ਹੇ ਤੋਂ ਪਹਿਲਾਂ ਪਰ ਤੁਸੀਂ ਰਾਤ ਦੇ ਜਦੋਂ ਸਾਹਮਣੇ ਦੇਖ ਉਹ ਲੈ ਕੇ ਜਿਹੜਾ ਸੀ ਅਸੀਂ ਇਸ ਜਿਹੜਾ ਕਰੋਨਾ ਦਾ ਵਿਰੋਧ ਕਰਦੇ ਹਾਂ ਪਹਿਲਾਂ ਆਰਡੀਨੈਂਸ ਜਦੋਂ ਲਿਆਉਂਦੇ ਉਹਨਾਂ ਦਾ ਵਿਰੋਧ ਕੀਤਾ ਉਸ ਤੋਂ ਬਾਅਦ ਕਾਨੂੰਨ ਬਣਾਏ ਗਏ ਜਿਹੜੇ ਪਾਸ ਹੋਏ ਉਦੋਂ ਤੋਂ ਲੈ ਕੇ ਵਿਰੋਧ ਕਰ ਰਹੇ ਹਾਂ ਔਰ ਦਿੱਲੀ ਦੇ ਉੱਤੇ ਖਾਸ ਕਰਕੇ ਮੈਂ ਦੱਸਣਾ ਚਾਹਾਂਗਾ ਕਿ ਮੇਰੇ ਜੋ FIR ਹੈ ਜਿਹੜੀ ਮੈਂ ਥਾਣਾ ਕੁੰਡਲੀ ਦੇ ਵਿੱਚ ਜਿਹੜੀ ਆ ਕੁੰਡਲੀ ਛਾਣ 'ਚ ਦਰਜ ਹੈ ਆਹ ਤੁਸੀਂ ਵੇਖ ਸਕਦੇ ਜੇ ਕਿ ਥਾਣਾ ਕੁੰਡਲੀ ਦੇ ਵਿੱਚ ਮੇਰੇ ਵੱਲੋਂ ਇੱਕ FIR ਦਰਜ ਹੈ 29 ਦਸੰਬਰ 2020 ਨੂੰ ਇੱਕ ਰਾਮ ਪ੍ਰਕਾਸ਼ ਰਾਧਾ ਆਦਮੀ ਹੈ ਜਿਹਦੇ ਖਿਲਾਫ ਮੇਰੇ ਵੱਲੋਂ FIR ਹੈ ਕਿ ਉਹ ਆਦਮੀ ਸਾਡੇ ਐਜੀਟੇਸ਼ਨ ਨੂੰ ਕਿਸ ਤਰ੍ਹਾਂ ਤਾਰਕਿਡੋ ਕਰਨਾ ਚਾਹੁੰਦਾ ਸੀ ਉਹਨੇ ਬੜੇ ਸੰਸਦੀ ਜਿਹੜੇ ਖੁਲਾਸੇ ਕੀਤੇ ਸੀ ਇਹਦਾ ਨਾਂ ਰਾਮ ਪ੍ਰਕਾਸ਼ ਹੈ ਜੀ ਔਰ ਇਹਦੇ ਖਿਲਾਫ ਆਹ ਤੁਸੀਂ ਜਿਹੜੀ ਆ FIR ਵੇਖ ਸਕਦੇ ਜੀ ਜਾਂ ਆਹ ਉਸ FIR ਦੀ ਕਾਪੀ ਆ ਲਿਖੀ ਹੈਗੀ ਆ 29 12 2020 FIR ਨੰਬਰ ਹੈਗਾ 652 ਰਾਮ ਪ੍ਰਕਾਸ਼ ਦੇ ਨਾਂ 'ਤੇ FIR ਔਰ ਇਸ ਤੋਂ ਬਗੈਰ ਮੈਂ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਲੜਕੇ ਵੀ ਫੜਾਏ ਲੜਕੀਆਂ ਵੀ ਫੜਾਈਆਂ ਜਿਹਦਾ ਥਾਣਾ ਕੁੰਡਲੀ ਦੇ ਵਿੱਚ ਰਿਕਾਰਡ ਵੀ ਹੈ ਜਿਸ ਕਰਕੇ ਮੈਂ ਸਮਝਦਾ ਕਿ ਮੈਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿ ਇਹ ਆਦਮੀ ਜਿਹੜਾ ਉਹ ਸਾਡੇ ਖਿਲਾਫ ਬਹੁਤ ਜ਼ਿਆਦਾ ਪਰਦੇ ਬਾਅਦ ਸਾਡੇ ਕਰ ਰਿਹਾ ਸਰਕਾਰ ਦੀਆਂ ਜੋ ਪਾਲਸੀਆਂ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰ ਰਿਹਾ ਉਹਦੇ ਮੈਂ ਇੱਥੇ ਗੱਲ ਡਾਕਟਰ ਦੀ ਹੋਰ ਕਹਿ ਰਿਹਾ ਕਿ ਜਿਹੜੀ ਉਸ ਐਜੀਟੇਸ਼ਨ ਨੂੰ ਫੇਰ ਕਰਨ ਵਾਸਤੇ ਇਹਨੂੰ ਲੰਬਾ ਲਿਆ ਰਹੀ ਹੈ ਤਾਂ ਕਿ ਲੰਬਾ ਜਿੰਨਾ ਲੰਬਾ ਜਾਏਗਾ ਲੋਕ ਉਹਨੂੰ ਹੱਟ ਜਾਣਗੇ ਇਹ ਗੱਲਾਂ ਮੈਂ ਸਟੇਜ 'ਤੇ ਕਹੀਆਂ ਨੇ ਅਤੇ ਉਸ ਤੋਂ ਬਗੈਰ ਮੈਂ ਇਹ ਵੀ ਕਿਹਾ ਕਿ ਇਹ ਲੰਬਾ ਚੱਲੇਗਾ ਉਹਦੇ ਵਿੱਚ ਜਿਹੜੇ ਸ਼ਰਾਰਤੀ ਕਰਫਿਊ ਭੇਜਣਗੇ ਉਹ ਸ਼ਰਾਰਤੀ ਅਨਸਰ ਉੱਤੇ ਪਿਸ਼ਾਬ ਕਰਨਗੇ ਅਤੇ ਇਸ ਕਰਕੇ ਹਰਿਆਣੇ ਦੇ ਵੀ ਜਾ ਕੇ ਉਹਨਾਂ ਨੂੰ ਜਿਹੜਾ ਉਹ ਕਿਸੇ ਤਰ੍ਹਾਂ ਦਾ ਸਰਸਰ ਸਾਹਿਬ ਇੱਕ ਸਵਾਲ ਇਹ ਹੈ ਕਿ ਜਿਹੜੀ ਕਾਰਵਾਈ ਸਭ ਤੋਂ ਪਹਿਲਾਂ ਤਾਂ ਕਿਉਂ ਕਿੱਦਾਂ ਦੇਖਦੇ ਹੋ ਜਿਹੜੇ ਤੁਹਾਡੇ ਨਾਲ ਜਿਹਨਾਂ ਦੇ ਖਿਲਾਫ ਨੋਟਿਸ ਆਏ ਨੇ ਕੀ ਉਹ ਤੁਹਾਡੀ ਟੀਮ ਦੇ ਮੈਂਬਰ ਨੇ ਉਹਨਾਂ ਬਾਰੇ ਦੱਸਿਆ ਜਾਂਦਾ ਇਹਨਾਂ ਨੇ ਅੱਜ ਗੱਲ ਕੀਤੀ ਕਿ ਅਸੀਂ ਵੀ ਅੱਜ ਸਾਡੀ ਗੱਲਬਾਤ ਹੋਈ ਆ ਸਾਡੀ ਜਦੋਂ ਨੋਟਿਸ ਹੈ ਔਰ ਮੈਨੂੰ ਨਾ ਦਿਓ ਮੈਡਮ ਪਾਸ ਅਸਲ ਗੱਲ ਹੈ ਮੇਰੇ ਦੋਸਤਾਂ ਜਿਹੜੇ ਮੇਰੇ ਨਾਲ ਇਸ ਟਾਈਮ 'ਤੇ ਬੈਠੇ ਨੇ ਨੋਬਲਜੀਤ ਸਿੰਘ ਹੈ ਰਣਜੀਤ ਸਿੰਘ ਹੈ ਅਤੇ ਸਰਦਾਰ ਕਰਨੈਲ ਸਿੰਘ ਹੈ ਇਹਨਾਂ ਨੂੰ ਮੈਨੂੰ ਦਿੱਤੇ ਉਹ ਆਏ ਨੇ ਅਤੇ ਆਪਣੀ ਗੱਲ ਆ ਹੋ ਗਿਆ ਨੇ।
ਕਾਰ ਹਾਰਟ ਅਟੈਕ ਨਾਲ ਐਕਸੀਡੈਂਟ ਹੋ ਕੇ ਜਾਂ ਛੱਪੇ ਕਰੇ ਉਹਨਾਂ ਲੋਕਾਂ ਨੂੰ ਜਿਹੜੇ ਘਰਾਂ 'ਚ ਸਪੋਰਟ ਕੀਤੀ ਜਾ ਰਹੀ ਆ ਨਾ ਉਹਨਾਂ ਨੂੰ ਤਾਂ ਮੈਨੂੰ ਪੱਕਾ ਪਤਾ ਕਿ ਉਹਨਾਂ ਲੋਕਾਂ ਨੂੰ ਵੀ ਜਿਹੜਾ ਉਹ ਨੋਟਿਸ ਹੋਇਆ ਸਭ ਤੋਂ ਪਹਿਲਾਂ ਨੋਟਿਸ ਉਹਨੂੰ ਹੋਇਆ ਸੀ ਹੁਣ ਦੇਖੋ ਇੱਕ ਆਦਮੀ ਦੀ ਜ਼ਿੰਦਗੀ ਜਾਂ ਜਾਨ ਚਲੀ ਕਿ ਕੋਈ ਵੀ ਆਦਮੀ ਇਹ ਚਾਹੁੰਦਾ ਕਿ ਮੈਂ ਮਰਾਂ ਅਤੇ ਮੇਰੇ ਮਰਨ ਤੋਂ ਬਾਅਦ ਜਿਹੜਾ ਉਹ ਮੇਰੇ ਪਰਿਵਾਰ 50,000 ਜਾਂ ਕੋਈ ਲੱਖ ਦੀ ਸਹਾਇਤਾ ਮਿਲੇ ਉਹਦੇ ਨਾਲ ਕੀ ਹੋਊ ਸੋ 50,000 ਦੇ ਖੇਤਰਾਂ ਦੀ ਸਹਾਇਤਾ ਉਹਨੂੰ ਵੀ ਨੋਟਿਸ ਹੋਇਆ ਅਸਲ ਕਾਰਨ ਇਹ ਹੈ ਕਿ ਇਹ ਜਿਹੜਾ ਐਜੂਕੇਸ਼ਨ ਚੱਲ ਰਿਹਾ ਇਹਦੇ ਵਿੱਚ ਸਰਕਾਰ ਦੀ ਬਹੁਤ ਨਮੋਸ਼ੀ ਹੋ ਰਹੀ ਆ ਸਭ ਤੋਂ ਵੱਡੀ ਨਮੋਸ਼ੀ ਉਸ ਟਾਈਮ ਤੋਂ ਹੋਈ ਜਦੋਂ ਸੁਪਰੀਮ ਕੋਰਟ ਵੱਲੋਂ ਕੀਤੇ ਹੋਏ 4 ਮੈਂਬਰਾਂ ਮੁਕਾਬਲਾ ਸਾਰੇ ਰਲ ਕੇ ਕਰੋਗੇ ਤਾਂ ਇਕੱਲੇ ਇਕੱਲੇ ਜਾਓਗੇ ਦੇਖੋ ਮੈਂ ਸਾਡਾ ਸੰਯੁਕਤ ਮੋਰਚਾ ਬਣਿਆ ਉਹਦੇ ਵਿੱਚ ਮੈਂਬਰ ਵੀ ਹੁਣ ਜੇ ਮੈਨੂੰ ਆਉਂਦਾ ਆਉਂਦਾ ਅਸੀਂ ਤਾਂ ਲੋਕਾਂ ਦੀ ਗੱਲ ਨਹੀਂ ਕਰਦੇ ਅਸੀਂ ਹੁਣ ਜਿਹੜਾ ਵਕੀਲਾਂ ਦੇ ਨਾਲ ਰਹਿ ਕਰਦੇ ਕਿਉਂਕਿ ਕਾਨੂੰਨੀ ਕਾਨੂੰਨੀ ਪ੍ਰਕਿਰਿਆ ਹੈ ਕਿ ਕਿਹਦੇ ਵਿੱਚ ਅਸੀਂ ਉਸ ਕਾਨੂੰਨੀ ਪੱਖ ਲੈ ਕੇ ਵੀ ਚੱਲਾਂਗੇ ਅਸੀਂ ਵਕੀਲਾਂ ਨਾਲ ਵੀ ਰਾਏ ਕਰਾਂਗੇ ਵਕੀਲਾਂ ਨਾਲ ਰਾਏ ਕਰਕੇ ਕੀ ਕਰਨਾ ਅਤੇ ਉਸ ਹਿਸਾਬ ਦੇ ਨਾਲ ਚੱਲਾਂਗੇ ਅਤੇ ਕਮੇਟੀ ਦੇ ਵਿੱਚ ਵੀ ਗੱਲ ਜਿਹੜੀ ਆ ਸੰਯੁਕਤ ਮੋਰਚੇ ਦੀ ਕਮੇਟੀ ਵਿੱਚ ਵੀ ਇਹ ਗੱਲ ਲੱਗਦਾ ਕਿ ਡਰਨ ਵਾਲਾ ਕਿਉਂਕਿ ਸਭ ਨੇ ਤਸੱਲੀ ਹੋ ਗਈ ਆ ਕਿ ਸਰਕਾਰ ਦੀ ਹਾਰ ਹੋ ਚੁੱਕੀ ਅਤੇ ਸਰਕਾਰ ਆਪਣੀ ਹਾਰ ਮੰਨਣ ਨੂੰ ਅਜੇ ਤਿਆਰ ਨਹੀਂ ਅਤੇ ਉਹ ਸੋਚਦੀ ਆ ਜਿਹਨੇ ਇੱਕ ਆਮ ਝਟਕੀ ਮਿਸਾਲ ਹੈ ਕਿ ਕੋਈ ਪਾਣੀ ਚੁੱਕਣ ਜਾ ਰਿਹਾ ਸੀ ਅਤੇ ਉਹਦਾ ਹੱਥ ਕਿਤੇ ਪੈ ਨਹੀਂ ਸੀ ਉਹ ਜਿਹੜਾ ਇੱਕ ਘਾਹ ਦੇ ਤਿਣਕੇ ਨੂੰ ਫੜਨ ਦੀ ਕੋਸ਼ਿਸ਼ ਕਰਦਾ ਕਿ ਸ਼ਾਇਦ ਮੈਂ ਕਿਹਦੇ ਨਾਲ ਪਾਣੀ ਚੁੱਕਣ ਤੋਂ ਫਸ ਜਾਵਾਂ ਸੋ ਸਰਕਾਰ ਦੀ ਉਹ ਇੱਕ ਪਰ ਹਾਰ ਮੰਨਣ ਤਿਆਰ ਜਿਸ ਕਰਕੇ ਇਸ ਤਰ੍ਹਾਂ ਦੇ ਹੱਥ ਕੰਡੇ ਜਿਹੜੀ ਆ ਉਹ ਪਤਲਾ ਸਰ ਜਿਹੜੀ ਅੱਗੇ ਮੀਟਿੰਗ ਹੋਣੀ ਸਰਕਾਰ ਦੇ ਨਾਲ ਉਹਦੇ ਵਿੱਚ NIL ਦਾ ਮੁੱਦਾ ਚੁੱਕਿਆ ਜਾਏਗਾ NIL ਦਾ ਬਿਲਕੁਲ ਚੁੱਕਿਆ ਜਾਏਗਾ ਜੀ ਕਿਉਂ ਨਹੀਂ ਚੁੱਕਿਆ ਜਾਏਗਾ ਕਿਉਂਕਿ ਅਸੀਂ ਅੱਗੇ ਜਿਸ ਤਰ੍ਹਾਂ ਜਿਹੜੇ ਸਾਡੇ ਕਿਸਾਨ ਜਿਹੜੇ ਹੁਣ ਤੱਕ 115 ਤੋਂ ਵੱਧ ਜਿਹੜੇ ਨੇ ਉਹ ਉਹਨਾਂ ਦੀ ਕੁਰਬਾਨੀ ਹੋ ਚੁੱਕੀ ਇਸ ਸੰਘਰਸ਼ ਸਮਰਪਣ ਔਰ ਉਹਨਾਂ ਦੀ ਜਿਹੜੀ ਕਾਤਲ ਹੈ ਉਹ ਸਰਕਾਰ ਇਹ ਗੱਲ ਅਸੀਂ ਸਰਕਾਰ ਨੂੰ ਉਹਦੇ ਮੂੰਹ 'ਚ ਕਹਿ ਚੁੱਕੇ ਹਾਂ ਮੀਟਿੰਗ 'ਚ ਕਹਿ ਚੁੱਕੇ ਹਾਂ ਕਿ ਉਹਨਾਂ ਦੇ ਕਾਤਲ ਤੁਸੀਂ ਹੋ ਸਰਕਾਰ ਕਾਤਲ ਆ ਉਹਨਾਂ ਦੀ ਜੇ ਕਿਸੇ ਨੇ ਸਿਸਟਮ ਕੀਤਾ ਤੁਸੀਂ ਜਿਹੜੇ ਵਾਲੇ ਸਰਕਾਰ ਦਾ ਇਹ ਗੱਲ ਅਸੀਂ ਪਹਿਲਾਂ ਮੀਟਿੰਗਾਂ 'ਚ ਸਰਕਾਰ ਨੂੰ ਕਹਿ ਚੁੱਕੇ ਹਾਂ ਔਰ ਹੋਰ ਵੀ ਅਸੀਂ ਬਹੁਤ ਕੁਛ ਉੱਤੇ ਸਰਕਾਰ ਨੂੰ ਜਿਸ ਤਰ੍ਹਾਂ ਉਹਨਾਂ ਨੇ ਉੱਥੇ ਕਹਿ ਨੇ ਪਾਣੀ ਦੀਆਂ ਵਿਛੋੜਾਂ ਮਾਰੀਆਂ ਅਤੇ ਇਹ ਜਦੋਂ ਸੁਪਰੀਮ ਕੋਰਟ ਨੇ ਇੱਕ ਰੱਖਿਆ ਦਿੱਤੀ ਆ ਕਿ ਇਹ ਜਿਹੜਾ ਐਜੀਟੇਸ਼ਨ ਹੈ ਇਹ ਇਹਨਾਂ ਨੂੰ ਚਲਾਉਣ ਦਾ ਅਧਿਕਾਰ ਹੈ ਅਤੇ ਫਿਰ ਉਸ ਤੋਂ ਬਾਅਦ ਜਿਹੜੇ ਸਾਹਜਾਨ ਉੱਤੋਂ ਵਿੱਚੋਂ ਕੇ ਅੱਗੇ ਗਏ ਉਹਨਾਂ 'ਤੇ ਕੀ ਗੈਸ ਔਰ ਉਹ ਗੈਸ ਜਿਹੜੇ ਗੋਲੇ ਦਾਗੇ ਗਏ ਉਹ ਵੀ ਜਿਹੜੇ ਸੀ ਐਕਸਪੈਲਡ ਸੀ ਉਹਨਾਂ ਦੇ ਨਾਲ ਅੱਗ ਲੱਗੀ ਆ ਇਹ ਵੀ ਗੱਲ ਅਸੀਂ ਉੱਥੇ ਮੀਟਿੰਗ ਦੇ ਵਿੱਚ ਰੱਖੀ ਸੀ ਕਿ ਜਦੋਂ ਸੁਪਰੀਮ ਕੋਰਟ ਮੰਨਦੀ ਆ ਕਿ ਇਹਨਾਂ ਨੂੰ ਐਜੂਕੇਸ਼ਨ ਕਰਨ ਦਾ ਅਧਿਕਾਰ ਸੁਪਰੀਮ ਕੋਰਟ ਨੇ ਗੱਲ ਕਹਿਤੀ ਕਿ ਇਹ ਸੜਕਾਂ ਜਿਹੜੀਆਂ ਨੇ ਇਹ ਇਹਨਾਂ ਕਿਸਾਨਾਂ ਨੇ ਬੰਦ ਨਹੀਂ ਕੀਤੀਆਂ ਤੁਸੀਂ ਇਹਨਾਂ ਨੂੰ ਆਉਣ ਤੋਂ ਇਹ ਦਿੱਲੀ ਆ ਰਹੇ ਸੀ ਆਉਣ ਤੋਂ ਰੋਕਿਆ ਤਾਂ ਉੱਥੇ ਬੈਠੇ ਨੇ ਤੁਸੀਂ ਹੁਣ ਇਹ ਗੱਲ ਕਰੋ ਸੋ ਜਦੋਂ ਇਹ ਸਾਰੀ ਗੱਲਬਾਤ ਹੋ ਚੁੱਕੀ ਆ ਸੁਪਰੀਮ ਕੋਰਟ ਮੰਨ ਚੁੱਕੀ ਆ ਅਤੇ ਇਹਨਾਂ ਦੇ ਉੱਤੇ
ਜਿਹੜੇ ਇੱਥੇ ਵਿਆਹ ਚੜੇ ਨੇ ਉਹ ਵੀ ਬੁਨਿਆਦ ਨੂੰ ਕੀ ਕਿਉਂ ਸੀ ਇਹ ਗੱਲਾਂ ਅਸੀਂ ਕਰ ਚੁੱਕੇ ਹਾਂ ਸੋ ਇਹ ਗੱਲਾਂ ਸਾਰੀਆਂ ਅੱਗੇ ਨਹੀਂ ਹੋਰ ਸਿਰਸਾ ਸਾਹਿਬ ਪਹਿਲਾਂ ਤਾਂ ਮੇਰਾ ਇੱਕ ਸਵਾਲ ਹੈ ਕਿ ਅੱਜ ਇੰਡੀਅਨ ਐਕਸਪ੍ਰੈਸ ਜਿਹੜਾ ਹੈਗਾ ਆ ਨਿਊਜ਼ ਪੇਪਰ ਉਹਦੇ ਵਿੱਚ ਆਰਟੀਕਲ ਆਇਆ ਜਿਹਦੇ ਵਿੱਚ ਜਿਨ੍ਹਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਉਹਨਾਂ ਨੂੰ ਸਿੱਖ ਫੋਰ ਜਸਟਿਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਸ਼ਬਦਾਵਲੀ ਤੋਂ ਪੂਰਾ ਪੂਰਾ ਬਿਆਨ ਹੁੰਦਾ ਸੀਗਾ ਅਖਬਾਰ 'ਚ ਇਹਦੇ ਬਾਰੇ ਜਿਹੜਾ ਕਿ ਆਪ ਜੀ ਦਾ ਕੀ ਪ੍ਰਤੀਕਰਮ ਹਾਂਜੀ ਹਾਂਜੀ ਸਾਰੇ ਮੰਤਰੀ ਜਿਹੜੇ ਨੇ ਉਹ ਮੰਨਦੇ ਦੁਨੀਆਂ ਮੰਨਦੀ ਆ ਅਤੇ ਉਹ ਸਾਨੂੰ ਸ਼ੁਰੂ ਤੋਂ ਲੈ ਕੇ ਅੱਜ ਤੱਕ ਕੋਰਟ 'ਚ ਵੀ ਉਹਨਾਂ ਨੇ ਜਿਹੜੀ ਸਾਡੇ ਦਿੱਲੀ ਪੁਲਿਸ ਦੇ ਰਾਹੀਂ ਪਟੀਸ਼ਨ ਪਾਈ ਆ ਕਿ ਇਹਨਾਂ ਨੂੰ 26 ਤਰੀਕ ਨੂੰ ਦਿੱਲੀ ਆਉਣ ਤੋਂ ਰੋਕਿਆ ਜਾਵੇ ਉਸ ਦੇ ਵਿੱਚ ਵੀ ਸਾਨੂੰ ਸ਼ੁਰੂ ਤੋਂ ਕਾਂਗਰਸ ਕਦੀ ਸਾਨੂੰ ਅਕਾਲੀ ਕਦੀ ਸਾਨੂੰ ਕੋਮਰ ਪਾਰਟੀ ਕਦੀ ਸਾਨੂੰ ਨਕਸਲੈਂਡ ਕਦੀ ਸਾਨੂੰ ਖਾਲਿਸਤਾਨੀ ਕਦੀ ਸਾਨੂੰ ਪਾਕਿਸਤਾਨੀ ਕਦੀ ਸਾਨੂੰ ਚਾਈਨਾ ਕਿਹੜੇ ਲਫ਼ਜ਼ ਨੇ ਜਿਹਦੇ ਨਾਲ ਨਹੀਂ ਜੋੜਿਆ ਪਰ ਅਸੀਂ ਇੱਕ ਗੱਲ ਕੀਤੀ ਕਿ ਅਸੀਂ ਹਾਂ ਕਿਸਾਨ ਅਤੇ ਇੱਥੇ ਨਿਰੋਲ ਕਿਸਾਨ ਨੇ ਜਦੋਂ ਸਾਨੂੰ ਮੀਟਿੰਗਾਂ ਦੇ ਸੱਦੇ ਨੇ ਉਦੋਂ ਤਾਂ ਅਸੀਂ ਕਿਸਾਨ ਅਤੇ ਗੱਲ ਕਰਦੇ ਹਾਂ ਸਾਡੇ ਨਾਲ ਸਾਨੂੰ ਕਹਿੰਦੇ ਸੰਸ਼ੋਧਨ ਕਰਾ ਲਓ ਸਾਡੇ ਕੋਲ ਖਾਲੀ ਡੱਬਾ ਰਹਿਣ ਦਿਓ ਮਠਿਆਈ ਸਾਰੀ ਤੁਸੀਂ ਕਰੋ ਉਦੋਂ ਤਾਂ ਅਸੀਂ ਕਿਸਾਨ ਅਤੇ ਜਦੋਂ ਸਾਨੂੰ ਭੱਜੀ ਤੋਂ ਸਾਨੂੰ ਭੱਜਣ ਉਸ ਟਾਈਮ 'ਤੇ ਸਾਨੂੰ ਬੜਾ ਤਰ੍ਹਾਂ ਦੇ ਹੁਣ ਕਿਸੇ ਉਹਦੇ ਨਾਲ ਨਾ ਤਾਂ ਸੁੱਖਾ ਮਰਜ਼ੀ ਲਾਈ ਜਾਓ ਸਾਡੇ ਨਾਲ ਜਿੱਥੇ ਸਸਾ ਸਾਹਿਬ ਇੱਕ ਸਵਾਲ ਇਹ ਹੈ ਕਿ ਹੁਣੇ ਹੁਣੇ ਇੱਕ ਮੈਸੇਜ ਆਇਆ ਕਿ ਮਨੁੱਖਤਾ ਦੀ ਸੇਵਾ ਜਿਹੜਾ ਇੱਕ ਟਰੱਸਟ ਹੈ ਉਹਦੇ ਮੁਖੀ ਨੇ ਜਿਹੜੇ ਵੀਰ ਉਹਨਾਂ ਨੂੰ ਵੀ ਇਹ ਜਿਹੜਾ ਐਨ ਆਈ ਦੇ ਵੱਲੋਂ ਨੋਟਿਸ ਜਿਹੜਾ ਹੈ ਉਹ ਉਹਨਾਂ ਨੂੰ ਭੇਜਿਆ ਗਿਆ
सो जिवें पंजाब दे विच ये नोटिस जिहड़े आ एज ए सिख जिहड़ा जिहड़ा ए जिहड़े जिहड़े वेख्या जा रहा कि जिहड़े सिख ने वीर उन्हां नूं बहु गिनती दे विच भेजे जा रहे ने जिवें वीर रणजीत सिंह है जां इस तों इलावा गुरदासपुर जिले के भी एक आगू ने अपने इंद्रपाल सिंह बैंस उन्हां नूं भी जिहड़ा है ये सूची ते इस पक्ष के उपरों नोटिस जिहड़े उन्हां नूं जारी किए जा रहे ने अपने मैडल जो वापस किए ने लैके यूएनओ भी शायद जरा वालों नोटिस होगा क्योंकि उन्होंने भी सानी सिंह सोशल मीडिया के उपर यह भी आख्या जा रहा है कि ये जेडे नोटिस भेजे जा रहे ने घट गिणतियां गुलामी का एहसास कराया जा रहा है इस बारे थोड़ा की ख्याल है देखो मैं इस गल ते नहीं सानू जेडे आ ना मैं इक्को गल कहांगा कि ये गल एक वड्डी है पर सानू असीं कीता की है असीं इस गल कोई दबण वाले जां दबण वाले नहीं इस लैब के नोट्स उन्होंने भेजे गए हैं जेडे किसानी संघर्ष की हनाक कर रहे हैं चाहे वह लंगर के तौर पर कर रहे चाहे वह बोल के कर रहे चाहे इतों लोगों मिलावट करके ट्रैक्टर ट्रालिया से भेज रहे चाहे पिंड चो राशन कट्ठा करके भेज रहे चाहे वो जेडे बिस्तरे कट्ठे करके भेज रहे उन्होंने नोटिस मैं नहीं मानता कि ये जेडे केवल सबसे टारगेट किया जा रहा वो आने वाला समा दसेगा क्योंकि जब तक नोटिसों का सिलसिला शुरू होया असं पहले ही यह गल क्यों कह दिए कि इस केवल सानू ही जा रहे ये गल असं पहले नहीं कहते जो नोटिसों का सिलसिला जारी जोड़ा हो रहा बंद हो जू फिर वेखा किनू किनू नोटिस आए ये इन लोगों क्यों आ जो उदों तक ये गल क्लीयर होगी फिर गल करा पहला नहीं करा पहला मैं यही कहगा मैं एक जिम्मेवार बंदा मैं एवं नहीं कह दवा कि केवल घट गिनती हो रही